ਤੋ ਦੇ ਸਟੱਡੀ ਵਿੱਚ ਵਿਦਿਆਰਥੀਆਂ ਤੇ ਆਰਸੀਐਮਪੀ ਨੇ ਐਂਟੀ ਬੁਲਿੰਗ ਫਲੈਸ਼ ਮੌਬ ਵਿੱਚ ਹਿੱਸਾ ਲਿਆ 1400 ਤੋਂ ਵੱਧ ਵਿਦਿਆਰਥੀ ਅਤੇ ਪੁਲਿਸ ਸਰੀ ਵਿੱਚ 99 ਐਲੀਮੈਂਟਰੀ ਸਕੂਲ ਦੇ ਬਾਹਰ ਇਕੱਠੇ ਹੋਏ ਐਂਟੀ ਬੁਲਿੰਗ ਫਲੈਸ਼ ਮੌਬ ਵਿੱਚ ਸਾਰਿਆਂ ਨੇ ਗੁਲਾਬੀ ਟੀ-ਸ਼ਰਟਸ ਪਹਿਨੀਆਂ ਹੋਈਆਂ ਸਨ ਅਤੇ ਸਾਰੇ ਬੁਲਿੰਗ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਸਨ ਸਕੂਲ ਵਿੱਚ ਇਕੱਠੇ ਹੋਏ ਬੱਚਿਆਂ ਤੇ ਅਫਸਰਾਂ ਨੇ ਬਾਲੀਵੁੱਡ ਦੇ ਕਈ ਗਾਣਿਆਂ ਤੇ ਡਾਂਸ ਵੀ ਕੀਤਾ ਸਰੀ ਦੇ ਨਿਵਾਸੀ ਸਿੰਘ ਬਿੰਦਰਾ ਨੇ ਫਲੈਸ਼ ਆਯੋਜਨ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਅਨੁਭਵ ਤੋਂ ਪ੍ਰੇਰਿਤ ਹਨ ਸਕੂਲ ਵਿੱਚ ਧੱਕੇਸ਼ਾਹੀ ਉਹਨਾਂ ਦੇ ਨਾਲ ਹੋਈ ਸੀ ਬਿੰਦਰਾ ਨੇ ਆਖਿਆ ਕਿ ਡਾਂਸ ਕੋਲ ਹਰ ਇੱਕ ਨੂੰ ਇਕੱਠੇ ਕਰਨ ਦੀ ਸ਼ਕਤੀ ਹੈ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੀ ਜਾਤ ਕੀ ਹੈ ਤੁਹਾਡੀ ਉਮਰ ਕੀ ਹੈ ਤੁਹਾਡਾ ਸਰੀਰ ਕੀ ਹੈ ਤੁਹਾਡੇ ਨੱਚਣ ਦਾ ਪੱਧਰ ਕੀ ਹੈ ਉਹਨਾਂ ਕਿਹਾ ਮੈਨੂੰ ਲੱਗਦਾ ਕਿ ਡਾਂਸਿੰਗ ਇੱਕ ਵਿਆਪਕ ਹੈ ਅਤੇ ਖੁਸ਼ੀ ਲਿਆਉਂਦੀ ਹੈ ਉਹਨਾਂ ਆਖਿਆ ਕਿ ਗੈਰ ਮੁਕਾਬਲੇਬਾਜ਼ ਅਤੇ ਸਕਾਰਾਤਮਕ ਮਾਹੌਲ ਬਣ ਗਿਆ ਅਤੇ ਮੈਨੂੰ ਲੱਗਦਾ ਕਿ ਹਰ ਕੋਈ ਇਕਜੁੱਟ ਹੋ ਕੇ ਚੱਲ ਰਿਹਾ ਅਤੇ ਇੱਕ ਪਰਿਵਾਰ ਦੇ ਨਵਾਂਗ ਇਕੱਠੇ ਪ੍ਰਦਰਸ਼ਨ ਕਰ ਰਿਹਾ ਫਲੈਸ਼ ਮੌਬ ਦਾ ਇਹ 5ਵਾਂ ਸਾਲ ਹੈ ਵਿਦਿਆਰਥੀਆਂ ਨੂੰ ਅਜਿਹੇ ਢੰਗ ਨਾਲ ਇਕੱਠੇ ਹੋਣ ਦਾ ਮੌਕਾ ਦਿੱਤਾ ਜਾਂਦਾ ਜੋ ਆਮ ਤੌਰ 'ਤੇ ਉਹ ਇਕੱਠੇ ਨਹੀਂ ਹੋ ਸਕਦੇ ਇਸ ਵਿੱਚ ਬੱਚਿਆਂ ਤੋਂ ਇਲਾਵਾ ਪੁਲਿਸ ਅਤੇ ਉਹਨਾਂ ਤੋਂ ਇਲਾਵਾ MLA ਹੈਰੀ ਬੈਂਸ ਅਤੇ ਕਮਿਊਨਿਟੀ ਤੋਂ ਹੋਰ ਨਾਮਵਰ ਸ਼ਖਸੀਅਤਾਂ ਨੇ ਵੀ ਹਿੱਸਾ ਲਿਆ ਸੀ ਸਭ ਤੋਂ ਪਹਿਲਾਂ ਜੀ ਸਾਂਝਾ TV ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਦਰਸ਼ਕਾਂ ਦਾ ਦੇਖ ਰਹੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅਤੇ ਇਹ ਜੀ ਸਾਡਾ 5ਵਾਂ ਐਂਟੀ ਬੁਲਿੰਗ ਫਲੈਸ਼ ਮੌਬ ਆ ਇਹ ਕਹਿੰਦੇ ਇਹ ਛੋਟੇ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਹਾਸੇ ਮਖੌਲ ਦੇ ਮਸਤੀ ਦੇ ਮੂਡ ਦੇ ਵਿੱਚ ਜਿਹੜਾ ਉਹਨਾਂ ਨੂੰ ਮੈਸੇਜ ਦੇਣਾ ਕਿਹੜੀ ਜਿਹੜੀ ਬੁਲਿੰਗ ਆ ਉਹ ਬਿਲਕੁਲ ਚੰਗੀ ਨਹੀਂ ਹੈ ਕਿਉਂਕਿ ਜਿਹੜੇ ਬੱਚੇ ਇਹਦਾ ਸ਼ਿਕਾਰ ਹੋ ਜਾਂਦੇ ਆ ਉਹ ਕਿਸੇ ਨੂੰ ਦੱਸ ਵੀ ਨਹੀਂ ਪਾਉਂਦੇ ਕਿ ਮੈਂ ਦਬਾਅ ਹੇਠ ਰਹਿ ਰਿਹਾ ਸੋ ਬਹੁਤ ਗਲਤ ਫੈਸਲੇ ਲੈ ਜਾਂਦੇ ਆ ਇੱਥੋਂ ਤੱਕ ਕਿ ਸੁਈਸਾਈਡ ਵੀ ਕਰ ਲੈਂਦੇ ਆ ਸੋ ਉਸ ਉਹ ਬਿਮਾਰੀ ਇਦਾਂ ਦੀ ਆ ਜਿਹੜੀ ਪਤਾ ਕਿਸੇ ਨੂੰ ਨਹੀਂ ਕੋਈ ਉਹਦੀ ਦਵਾਈ ਨਹੀਂ ਹੈ ਸੋ ਉਹਦਾ ਇਹੀ ਇਲਾਜ ਹੈ ਕਿ ਛੋਟੇ ਹੁੰਦੇ ਬੱਚਿਆਂ ਤੋਂ ਉਹਨਾਂ ਦੇ ਵਿੱਚ ਇਹ ਭਰਤਾ ਜਾਵੇ ਕਿ ਜੇ ਕੋਈ ਇੱਦਾਂ ਬਿਨਾਂ ਵਜ੍ਹਾ ਤੋਂ ਤੁਹਾਡੇ ਨਾਲ ਧੱਕਾ ਕਰਦਾ ਅਤੇ ਤੁਸੀਂ ਉਹਦੇ ਨਾਲ ਬਜਾਏ ਲੜਨ ਦੇ ਜਿਹੜੀਆਂ ਅਥਾਰਟੀਜ਼ ਆ ਉਹਨਾਂ ਨੂੰ ਦੱਸੋ ਕਿ ਮੇਰੇ ਨਾਲ ਗਲਤ ਕਰ ਰਿਹਾ ਅਤੇ ਜਿਹੜਾ ਕਰ ਰਿਹਾ ਉਹਨਾਂ ਨੂੰ ਪਹਿਲਾਂ ਹੀ ਅਸੀਂ ਇਹ ਇੱਕ ਸਿੱਖਿਆ ਦੇਣਾ ਚਾਹੁੰਦੇ ਕਿ ਇਹ ਗਲਤ ਆ ਸਿਰਫ 99 ਸਕੂਲ ਦੇ ਬੱਚੇ ਹੀ ਨੇ ਕਿ ਹੋਰਾਂ ਸਕੂਲਾਂ ਦੇ ਬੱਚੇ ਵੀ ਇੱਥੇ ਬੁਲਾਏ ਗਏ ਨੇ ਨਹੀਂ ਜੀ ਇੱਥੇ ਅੱਜ ਸਾਡੇ 5 ਐਲੀਮੈਂਟਰੀ ਸਕੂਲਾਂ ਤੋਂ ਤਕਰੀਬਨ 1400 ਦੇ ਕਰੀਬ ਬੱਚੇ ਉਹਨਾਂ ਸਕੂਲਾਂ ਦੇ ਆ ਸੋ ਜਿਹੜਾ 99 ਸਕੂਲ ਉਹ ਹਾਈ ਸਕੂਲ ਆ ਉਹਦੀ ਗਰਾਊਂਡ ਯੂਜ਼ ਕੀਤੀ ਗਈ ਆ ਅਤੇ ਇਹਨਾਂ ਦੇ ਬੱਚੇ ਵੀ ਆ ਅਤੇ ਯੂਨੀਵਰਸਿਟੀ 'ਚ ਪੜ੍ਹਦੇ ਜਿਹੜੇ ਹੈਗੇ 100 ਦੇ ਕਰੀਬ ਉਹ ਸਾਡੇ ਸਟੂਡੈਂਟ ਉਹ ਵੀ ਆ ਅਤੇ 100 ਦੇ ਕਰੀਬ ਵਲੰਟੀਅਰ ਆ ਜੀ ਰਲਾ ਮਿਲਾ ਕੇ 1500 ਜਿਹੜਾ ਟੋਟਲ ਕਾਊਂਟ ਆ ਉਹ ਸਾਰੇ ਹੁਣ ਮਸਤੀ ਦੇ ਵਿੱਚ ਡਾਂਸ ਕਰਨਗੇ ਅਤੇ ਮੈਸੇਜ ਦੇਣਗੇ ਕਿ ਜਿਹੜੀ ਬੁਲਿੰਗ ਉਹ ਅਲਾਊਡ ਨਹੀਂ ਹੈਗੀ ਅਤੇ ਕਿਤੇ ਵੀ ਸਕੂਲਾਂ ਦੇ ਵਿੱਚ ਵੀ ਜੇ ਕੋਈ ਕਰ ਰਿਹਾ ਉਹਨੂੰ ਰੋਕੋ ਅਤੇ ਜੇ ਕੋਈ ਬਾਈ ਚਾਂਸ ਗਲਤੀ ਨਾਲ ਜਿਹੜਾ ਕਰ ਰਿਹਾ ਉਹ ਆਪਣੇ ਆਪ ਵੀ ਇਹ ਸਮਝੇ ਇਹ ਬਹੁਤ ਹੀ ਖੁਸ਼ੀ ਦੀ ਗੱਲ ਆ ਖਾਸ ਤੌਰ 'ਤੇ ਮੇਰੀ ਕੰਸਟੀਚੁਐਂਸ ਵਿੱਚ ਸਰੀ ਨਿਊਟਨ ਦੇ ਵਿੱਚ ਇਸ ਸਾਲ ਇਹਨਾਂ ਨੇ ਆਯੋਜਿਤ ਕੀਤਾ ਇਹ ਪ੍ਰੋਗਰਾਮ ਬੁਲਿੰਗ ਦੀ ਪ੍ਰੋਬਲਮ ਬੜੀ ਸੀਰੀਅਸ ਪ੍ਰੋਬਲਮ ਸਾਡੀ ਹੈਗੀ ਆ ਸਕੂਲਾਂ ਦੇ ਵਿੱਚ ਸਾਡੇ ਘਰਾਂ 'ਚ ਨੇਬਰਹੁੱਡ ਦੇ ਵਿੱਚ ਕੰਮਾਂ ਦੇ ਵਿੱਚ ਵੀ ਹੈਗੀ ਆ ਆਈ ਥਿੰਕ ਇਹਦਾ ਜਿਹੜਾ ਅਸਰ ਆ ਖਾਸ ਤੌਰ 'ਤੇ ਛੋਟੇ ਬੱਚੇ ਜਿਹੜੇ ਐਲੀਮੈਂਟਰੀ ਸਕੂਲ ਵਾਲੇ ਜਿਸ ਤਰ੍ਹਾਂ ਹਜ਼ਾਰਾਂ ਦੇ ਹਿਸਾਬ ਨਾਲ ਇਕੱਠੇ ਹੋਏ ਆ ਇਹਨਾਂ 'ਤੇ ਤਕਰੀਬਨ ਲੌਂਗ ਲਾਸਟਿੰਗ ਲਾਈਫ ਲੌਂਗ ਇਫੈਕਟ ਰਹਿ ਸਕਦਾ ਇਹਨਾਂ ਦੀ ਪੜ੍ਹਾਈ 'ਤੇ ਅਸਰ ਪੈਂਦਾ ਇਹਨਾਂ ਦੀ ਮੈਂਟਲ ਹੈਲਥ 'ਤੇ ਅਸਰ ਪੈਂਦਾ ਉਹਨਾਂ ਦਾ ਦੂਸਰਿਆਂ ਦਾ ਰਿਲੇਸ਼ਨਸ਼ਿਪ 'ਤੇ ਅਸਰ ਪੈਂਦਾ ਵੱਡੇ ਹੋ ਕੇ ਕਿਹੋ ਜਿਹੇ ਇਨਸਾਨ ਬਣਨਾ ਕਿਸ ਤਰ੍ਹਾਂ ਉਹਨੀ ਬਾਕੀ ਪ੍ਰੋਬਲਮ ਸੋਲਵ ਕਰਨੀਆਂ ਕਿੱਦਾਂ ਵਿਚਰਨਾ ਕੰਪਲੈਕਸ ਸਿਚੁਏਸ਼ਨ ਉਹਨਾਂ 'ਤੇ ਵੀ ਅਸਰ ਪੈਂਦਾ ਸੋ ਬਹੁਤ ਹੀ ਲੰਬੀ ਦੇਰ ਤੱਕ ਇਹਦਾ ਨੈਗੇਟਿਵ ਅਸਰ ਪੈ ਸਕਦਾ ਪਰ ਇਹਨੂੰ ਹਟਾਉਣ ਦਾ ਇਹਨੂੰ ਇਲੀਮੀਨੇਟ ਕਰਨਾ ਕੰਮ ਇਹ ਬਹੁਤ ਅਰਲੀ ਸਟੇਜ ਵਿੱਚ ਹੋਣਾ ਚਾਹੀਦਾ ਜਿਹੜਾ ਕਿ ਆਹ ਹੋ ਰਿਹਾ ਐਲੀਮੈਂਟਰੀ ਬੱਚੇ ਜਿਹੜੇ ਆ ਉਹ ਅੰਡਰਸਟੈਂਡ ਕਰਨਗੇ ਵੀ ਬੁਲਿੰਗ ਜਿਹੜੇ ਹੈਗਾ ਉਹਦਾ ਕਿੰਨੀ ਵੱਡੀ ਵੱਡੀ ਸਮੱਸਿਆ ਹੈਗੀ ਆ ਇਹਦੇ ਅਸਰ ਨੈਗੇਟਿਵ ਅਸਰ ਕਿੱਦਾਂ ਪੈਂਦੇ ਤੁਹਾਡੇ 'ਤੇ ਅਤੇ ਕਿਸ ਤਰ੍ਹਾਂ ਉਹਨੂੰ ਹੈਂਡਲ ਕਰਨਾ ਸੋ ਮਤਲਬ ਇਹਦਾ ਇਹ ਹੈਗਾ ਕਿ ਅਸੀਂ ਬੁਲਿੰਗ ਨੂੰ ਬਿਲਕੁਲ ਇਲੀਮੀਨੇਟ ਕਰ ਦਈਏ ਖਾਸ ਤੌਰ 'ਤੇ ਆਪਣੇ ਸਕੂਲਾਂ ਦੇ ਵਿੱਚੋਂ ਫਿਰ ਵੱਧ ਕੇ ਆਪਾਂ ਕੰਮਾਂ ਦੇ ਵਿੱਚ ਨੇਬਰਹੁੱਡ ਦੇ ਘਰਾਂ ਦੇ ਵਿੱਚ ਅਤੇ ਇਹਦੇ ਨਾਲ ਸੁਸਾਇਟੀ ਹੋਰ ਵੀ ਪੀਸਫੁਲ ਹੋਰ ਵੀ ਮੈਂ ਕਹੂੰਗਾ ਇਨਕਲੂਸਿਵ ਸੁਸਾਇਟੀ ਬਣ ਜਾਂਦੀ ਆ ਸੋ ਆਈ ਥਿੰਕ ਆ ਜਿਹੜਾ ਉਪਰਾਲਾ ਕਰ ਰਹੇ ਸ਼ਾਨ ਬਿੰਦਰਾ ਹੁਣੀ ਮੇਰੇ ਖਿਆਲ 5ਵਾਂ ਸਾਲ ਆ ਉਹਨਾਂ ਦਾ ਲਗਾਤਾਰ ਫਲੈਸ਼ ਮੌਬ ਪਿੱਛੇ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਹੀ ਬੱਚੇ ਸਰੀ ਵਾਲੇ ਇਕੱਠੇ ਹੋਏ ਆ ਇਹ ਮੈਂ ਸਮਝਦਾ ਵੀ ਇਹਦੇ ਚੰਗੇ ਰਿਜ਼ਲਟ ਆਉਣਗੇ ਅਤੇ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਹੀ ਖਾਸ ਤੌਰ 'ਤੇ ਔਰ ਤੁਸੀਂ ਮੀਡੀਆ ਵਾਲੇ ਇਹ ਮੈਸੇਜ ਪਹੁੰਚਾ ਰਹੇ ਹੋ ਕਮਿਊਨਿਟੀ ਦੇ ਵਿੱਚ ਕਿ ਜਿਹੜੀ ਬੁਲਿੰਗ ਜਿਹੜੀ ਹੈਗੀ ਆ ਇਹ ਬਿਲਕੁਲ ਖਤਮ ਹੋਣੀ ਚਾਹੀਦੀ ਆ ਔਰ ਮੈਨੂੰ ਖੁਸ਼ੀ ਆ ਕਿ ਮੈਂ ਇਸ ਕੰਮ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਮੈਂ ਕਵਾਂਟਰ ਪੋਲੀਟਿਕ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਅਸੀਂ ਇੱਥੇ ਆਏ ਹਾਂ ਆਪਦੇ ਪ੍ਰੋਫੈਸਰ ਸਾਹਿਬ ਨਾਲ ਅਸੀਂ ਭੰਗੜਾ ਪਰਫਾਰਮ ਕਰਨਾ ਅਤੇ ਐਂਟੀ ਬੁਲਿੰਗ ਨੂੰ ਅਸੀਂ ਚਾਹੁਣ ਆਏ ਹਾਂ ਕਿ ਤਾਂ ਕਿ ਇਹ ਬੁਲਿੰਗ ਨਹੀਂ ਹੋਣੀ ਚਾਹੀਦੀ ਜੀ ਕਿਵੇਂ ਲੱਗ ਰਿਹਾ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਉੱਥੇ ਕਾਲਜਸ ਦੇ ਵਿੱਚ ਜਿਹੜਾ ਰੈਗਿੰਗ ਬੜੀ ਹੋ ਰਹੀ ਹੁੰਦੀ ਆ ਔਰ ਸਕੂਲ ਦੇ ਵਿੱਚ ਵੀ ਹੁੰਦਾ ਆ ਤੇ ਤੁਹਾਨੂੰ ਕਿਵੇਂ ਲੱਗਾ ਕਿ ਇੱਥੇ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਕਿ ਉੱਥੇ ਵੀ ਇਹੋ ਜਿਹਾ ਕੁਝ ਹੁੰਦਾ ਆ ਉੱਥੇ ਹੁੰਦਾ ਜੀ ਉੱਥੇ ਹੁੰਦਾ ਵਾ ਪਰ ਉੱਥੇ ਲਾਈਕ ਕੋਈ
ਉਹਨੂੰ ਦੇਖਦਾ ਨਹੀਂਗਾ ਪ੍ਰੋਪਰ ਉਹਨੂੰ ਲਾਗੂ ਨਹੀਂ ਹੁੰਦਾ ਸਪੈਸ਼ਲ ਤੌਰ ਤੇ ਕਿਉਂਕਿ ਉਹਨਾਂ ਦਾ ਹਰੇਕ ਦਾ ਵੱਖਰਾ ਆਪਦਾ ਹੀ ਸਿਸਟਮ ਤੋਰਿਆ ਹੋਇਆ ਵਾ ਰੈਗਿੰਗ ਹੁੰਦੀ ਆ ਹੁਣ ਵੀ ਹੁੰਦੀ ਆ ਦੇਖਦੇ ਆ ਅਸੀਂ ਮੇਰੇ ਨਾਲ ਦੇ ਫਰੈਂਡ ਸਾਰੇ ਜਿਹੜੇ ਉੱਥੇ ਰਹਿ ਰਹੇ ਨੇ ਉਹਨੇ ਹੁੰਦੀ ਆ ਪਰ ਉਹ ਲਾਈਕ ਉਹ ਕਦਮ ਚੁੱਕਦੇ ਵੀ ਆ ਪਰ ਜਿਹੜੇ ਮੋਸਟਲੀ ਚੱਕੇ ਵੀ ਨਹੀਂ ਜਾਂਦੇ ਜਿਹੜੇ ਆਪਣੇ ਆਮ ਸਟੂਡੈਂਟ ਉਹ ਲਾਈਕ ਉਹਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਆ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਤੁਹਾਡੇ ਵਰਗੇ ਹੋਰ ਇੰਟਰਨੈਸ਼ਨਲ ਸਟੂਡੈਂਟ ਆਏ ਆ ਕਿ ਇਹੋ ਜਿਹੇ ਪ੍ਰੋਗਰਾਮਾਂ 'ਚ ਆਉਣਾ ਚਾਹੀਦਾ ਕਿਉਂਕਿ ਬਹੁਤ ਘੱਟ ਸਟੂਡੈਂਟ ਅੱਜ ਇੰਟਰਨੈਟ ਇੱਥੇ ਪਹੁੰਚੇ ਆ ਹਾਂਜੀ ਜ਼ਰੂਰ ਜੀ ਸਾਰਿਆਂ ਨੂੰ ਆਉਣਾ ਚਾਹੀਦਾ ਇੱਥੇ ਇਹ ਮੈਸੇਜ ਹੀ ਆ ਜੀ ਸਾਰਿਆਂ ਨੂੰ ਕਿ ਬੁਲਿੰਗ ਸਾਨੂੰ ਨਹੀਂ ਕਰਨੀ ਚਾਹੀਦੀ ਮਤਲਬ ਵਧੀਆ ਰਹਿਣਾ ਚਾਹੀਦਾ ਆ ਸਹੀ ਤਰੀਕੇ ਨਾਲ ਰਹਿਣਾ ਚਾਹੀਦਾ ਜੀ ਬਸ ਔਰ ਤੁਹਾਡੇ ਨਾਲ ਕਦੀ ਕੁਝ ਇਹੋ ਜਿਹਾ ਇੱਥੇ ਹੋਇਆ ਜੇ ਅਸੀਂ ਗੱਲ ਕਰੀਏ ਕੈਨੇਡਾ ਦੀ ਕਿ ਬੁਲਿੰਗ ਜਾਂ ਕੰਮ ਤੇ ਜਾਂ ਕਾਲਜ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਤੁਹਾਡੇ ਨਾਲ ਕੁਝ ਇਹੋ ਜਿਹਾ ਇਨਸੀਡੈਂਟ ਹੋਇਆ ਕਦੇ ਹਾਂਜੀ ਮੈਂ ਕਰਦਾ 7-Eleven ਦਾ ਤੁਹਾਨੂੰ ਕੰਪਨੀ ਦਾ ਪਤਾ ਹੋਣਾ ਮੈਂ ਉੱਥੇ ਕੰਮ ਕਰਦਾ ਲਾਈਕ ਉੱਥੇ ਵਾਈਟ ਪੀਪਲ ਲਾਈਕ ਚਾਈਨੀਜ਼ ਸਾਰੇ ਹਰ ਵਰਾਇਟੀ ਦੇ ਆਉਂਦੇ ਆ ਲੋਕ ਇਹ ਹੁੰਦਾ ਰਹਿੰਦਾ ਵਾ ਕਿਉਂਕਿ ਉਹਨਾਂ ਨੂੰ ਪਤਾ ਵਾ ਇੰਟਰਨੈਸ਼ਨਲ ਸਟੂਡੈਂਟ ਆ ਅਸੀਂ ਉਹਨਾਂ ਦਾ ਜ਼ੋਰ ਸਾਡੇ ਤੇ ਚੱਲ ਜਾਂਦਾ ਤੁਸੀਂ ਕਦੀ ਆਪਣੀ ਮੈਨੇਜਮੈਂਟ ਨਾਲ ਜਾਂ ਕਿਸੇ ਐਸੇ ਇਹੋ ਜਿਹੀ ਸੁਸਾਇਟੀ ਨਾਲ ਗੱਲ ਕੀਤੀ ਆ ਕਿ ਇਹਨੂੰ ਸਟਾਪ ਕੀਤਾ ਜਾਵੇ ਆਪਣੇ ਕੰਮ ਤੇ ਕਰਦੇ ਆ ਜਿੱਦਾਂ ਸਾਡੇ ਮੈਨੇਜਰ ਜਿਹੜੇ ਹੈਗੇ ਆ ਉਹ ਕਰਦੇ ਆ ਇੱਦਾਂ ਪਰ ਲਾਈਕ ਜੇ ਸਾਡੇ ਤੇ ਹੋਊਗਾ ਅਸੀਂ ਵੀ ਕਰਦੇ ਹਾਂ ਕਿਉਂਕਿ ਸਾਨੂੰ ਵੀ ਪਤਾ ਵਾ ਅਸੀਂ ਪੰਜਾਬੀ ਹਾਂ ਅਸੀਂ ਕਦੇ ਚੜਦੇ ਨਹੀਂ ਤੁਹਾਨੂੰ ਪਤਾ ਕਿ ਤੁਸੀਂ ਵੀ ਇਸ ਮੁਲਕ ਦਾ ਇੱਕ ਅਹਿਮ ਹਿੱਸਾ ਹੋ ਜਿੱਥੇ ਤੁਸੀਂ ਇਸ ਮੁਲਕ ਦੇ ਵਿੱਚ ਬੜੀ ਵਧੀਆ ਇੱਕ ਆਪਣਾ ਰੋਲ ਨਿਭਾ ਰਹੇ ਹੋ ਇੰਟਰਨੈਸ਼ਨਲ ਸਟੂਡੈਂਟ ਹੋ ਬਹੁਤ ਮਹਿੰਗੀਆਂ ਫੀਸਾਂ ਲਾ ਕੇ ਤੁਸੀਂ ਇੱਥੇ ਤੱਕ ਪਹੁੰਚਦੇ ਹੋ ਜਿਹੜੇ ਤੁਹਾਡੇ ਵਰਗੇ ਹੋਰ ਸਟੂਡੈਂਟ ਆ ਕਮਿਊਨਿਟੀ ਦੇ ਵਿੱਚ ਕਈ ਬੈਡ ਗੱਲਾਂ ਵੀ ਉਹਨਾਂ ਦੀ ਅੱਗੇ ਉੱਭਰ ਕੇ ਆਉਂਦੀਆਂ ਮਾੜੀਆਂ ਗੱਲਾਂ ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਅਸੀਂ ਕੀ ਕਹਿ ਸਕਦੇ ਹਾਂ ਜੀ ਅਸੀਂ ਸਾਡਾ ਇਹੋ ਹੀ ਆ ਵੀ ਜਿੱਦਾਂ ਰੂਲ ਆ ਉੱਦਾਂ ਚੱਲੋ ਅਸੀਂ ਆਪਣੇ ਹਿਸਾਬ ਨਾਲ ਚੱਲਣ ਡੇ ਹਾਂ ਅਸੀਂ ਸਹੀ ਚੱਲਣ ਡੇ ਹਾਂ ਤੁਸੀਂ ਵੀ ਚੱਲੋ ਲਾਈਕ ਲੀਗਲ ਵੇ ਨਾਲ ਪੀ ਆਰ ਲਓ ਫਿਰ ਹੀ ਆ ਬਣਦੀ ਗੱਲ ਜੇ ਤੇ ਆਓ ਆਪ ਕਰਨਗੇ ਗੱਲ ਤੇ ਸਾਡੇ ਲਈ ਗਲਤ ਕਰਨਗੇ ਇਹੋ ਕੁਛ ਹੈ ਜੀ ਔਰ ਜਦੋਂ ਅਸੀਂ ਗੱਲ ਕਰਦੇ ਆ ਇੰਟਰਨੈਸ਼ਨਲ ਸਟੂਡੈਂਟਸ ਦੀ ਤੁਸੀਂ ਪੰਜਾਬ ਤੋਂ ਆਏ ਹੋ ਤੁਹਾਨੂੰ ਇੱਥੇ ਆ ਕੇ ਸਟੱਡੀ ਦਾ ਕੀ ਫਰਕ ਲੱਗਦਾ ਹਾਂਜੀ ਮੈਨੂੰ ਲੱਗਦਾ ਹੈ ਕਿ ਸਟੱਡੀ ਦੇ ਵਿੱਚ ਜਿੱਦਾਂ ਇੱਥੇ ਪ੍ਰੈਕਟੀਕਲ ਜ਼ਿਆਦਾ ਵਰਕ ਹੈਗਾ ਇੰਡੀਆ ਦੇ ਵਿੱਚ ਜਿੱਦਾਂ ਆਪਾਂ ਪੜ੍ਹਦੇ ਉਹ ਪ੍ਰੈਕਟੀਕਲ ਚੀਜ਼ ਨਹੀਂ ਕਰਕੇ ਦਿਖਾਉਂਦੇ ਹੈਗੇ ਅਤੇ ਉਹਦਾ ਜਿਹੜਾ ਬਹੁਤ ਇਫੈਕਟ ਪੈਂਦਾ ਜਿੱਦਾਂ ਚੀਜ਼ ਆਪਾਂ ਨੂੰ ਜ਼ਿਆਦਾ ਵਧੀਆ ਸਮਝ ਆਉਂਦੀ ਹੈ ਜੀ ਔਰ ਤੁਸੀਂ ਇੱਕ ਬ੍ਰਾਈਟ ਫਿਊਚਰ ਦੇ ਲਈ ਇੱਥੇ ਪਹੁੰਚੇ ਹੋ ਤੁਸੀਂ ਆਪਣੀ ਹਮ ਉਮਰ ਦੇ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਜਿਹੜੀ ਐਂਟੀ ਬੁਲਿੰਗ ਇਹਦੇ ਲਈ ਇਹ ਆਏ ਹੈਗੇ ਆ ਅਤੇ ਇਹ ਨਹੀਂ ਕਰਨੀ ਚਾਹੀਦੀ ਹੈਗੀ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ